ਹੈਲੋ ਦੋਸਤੋ ਮੈਂ ਰਵਿੰਦਰ ਕੁਮਾਰ ਅੱਜ ਤੁਹਾਡੇ ਸਾਹਮਣੇ ਆਪਣੀ ਇੱਕ ਨਵੀਂ ਕਵਿਤਾ ਗਰੀਬ ਕਿੱਥੋਂ ਖਾਊ ਰੱਬਾ ਪੇਸ਼ ਕਰਨ ਜਾ ਰਿਹਾ ਹਾਂ ਲੱਗਦਾ ਨਹੀਂ ਕੋਈ ਇੱਥੇ ਕਦੇ ਆਇਆ ਹੋਣਾ ਹੈ ਇੱਥੇ ਬਹਿ ਕੇ ਕਦੇ ਮਜ਼ਦੂਰਾਂ ਨੇ ਖਾਣਾ ਖਾਇਆ ਹੋਣਾ ਹੈ ਬੇਰਾਨਾ ਉਹਨਾਂ ਜਾਣ ਪਿੱਛੇ ਇਹ ਸ਼ਹਿਰ ਹੋ ਗਿਆ ਕਿੱਥੋਂ ਗਰੀਬ ਖਾਊ ਰੱਬਾ ਕਿੱਡਾ ਕਹਿਰ ਹੋ ਗਿਆ ਬੰਦ ਹੋ ਗਈਆਂ ਮਸ਼ੀਨਾਂ ਤੇ ਕੰਟੀਨਾਂ ਜੀ ਨਾ ਰਿਹਾ ਕੋਈ ਕੰਮ ਨਾ ਹੁਣ ਨਿਕਲੇ ਪਸੀਨਾ ਜੀ ਕੱਲ ਮਜ਼ਦੂਰ ਸਭ ਨੂੰ ਚੰਗਾ ਲੱਗਦਾ ਸੀ ਅੱਜ ਕਿਉਂ ਉਹ ਜ਼ਹਿਰ ਹੋ ਗਿਆ ਕਿੱਥੋਂ ਗਰੀਬ ਖਾਊ ਰੱਬਾ ਕਿੱਡਾ ਕਹਿਰ ਹੋ ਗਿਆ ਉਸ ਦਰ ਤੋਂ ਠੋਕਰ ਖਾਵੇ ਮਜ਼ਦੂਰ ਅੱਜ ਜਿੱਥੇ ਉਹ ਸਿਰਦਾ ਹੁੰਦਾ ਤਾਜ ਸੀ ਕਿੰਨਾ ਦੁਖੀ ਹੋਏ ਨੇ ਸਾਰੇ ਰੱਬਾ ਲੱਗਦਾ ਤੂੰ ਸਾਡੇ ਤੋਂ ਬਹੁਤ ਨਾਰਾਜ਼ ਸੀ ਭੁੱਖੇ ਕਿਵੇਂ ਵਕਤ ਲੰਘਾਈਏ ਲੱਕੀ ਕੱਢਣਾ ਤਾਂ ਔਖਾ ਇੱਕ ਪਹਿਰ ਹੋ ਗਿਆ ਕਿੱਥੋਂ ਗਰੀਬ ਖਾਊ ਰੱਬਾ ਕਿੱਡਾ ਕਹਿਰ ਹੋ ਗਿਆ ਦੁਨੀਆ ਤੇ ਆਈ ਮੁਸੀਬਤ ਭਾਰੀਏ ਕਿਸੇ ਵੱਡੇ ਜੁਰਮ ਦੀ ਉਕਤ ਰਹੀ ਸਜ਼ਾ ਦੁਨੀਆ ਸਾਰੀਏ ਛੱਡ ਕੇ ਰੁਜ਼ਗਾਰਾਂ ਨੂੰ ਆਪਣੇ ਘਰਾਂ ਨੂੰ ਜਾਣਾ ਜਿਵੇਂ ਮਜ਼ਦੂਰਾਂ ਦੀ ਲਹਿਰ ਹੋ ਗਿਆ ਕਿੱਥੋਂ ਗਰੀਬ ਖਾਓ ਰੱਬਾ ਕਿੱਡਾ ਕਹਿਰ ਹੋ ਗਿਆ ਧੰਨਵਾਦ ਜੇ ਕਵਿਤਾ ਪਸੰਦ ਆਈ ਹੋਵੇ ਲਾਈਕ ਤੇ ਫੋਲੋ ਕਰੋ ਜੀ